ਅੰਗਰੇਜ਼ਾਂ ਤੋਂ ਯਾਦ ਕਰਾ ਸਕਦੇ ਉਹ ਤਾਨਾ ਸ਼ਾਹ ਮੁਕਤਾ ਦੇ ਵੀ ਬਰਦਾਸ਼ਤ ਨਹੀਂ ਕਰਨਗੇ। ਸੋ ਮੋਦੀ ਹੋਰਾਂ ਨੂੰ ਇਸ ਗੱਲ ਦਾ ਭੁਲੇਖਾ ਟੁੱਟ ਜੂਗਾ ਜਦੋਂ 4 ਜੂਨ ਨੂੰ ਹਿੰਦੁਸਤਾਨ ਦੇ ਲੋਕਾਂ ਨੇ, ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਉਹਦੇ ਖਿਲਾਫ਼ ਦੇਖੋ ਜੀ, ਕਈ ਬੰਦੇ ਬੋਲਣ 'ਚ ਵੇਖਦੇ ਨਹੀਂ ਵੀ ਅਸੀਂ ਕੀ ਬੋਲਣਾ ਕੀ ਨਹੀਂ। ਮੈਂ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ। ਮੈਂ ਕੋਈ ਵੀ ਪੋਲੀਟੀਕਲ ਬੜਾ ਵਿਰੋਧੀ ਹੈ ਅਤੇ ਬੜਾ ਸਾਡੀ ਪਾਰਟੀ ਦਾ, ਅਸੀਂ ਤਾਂ ਮਾਣ ਸਤਿਕਾਰ ਕੀਤਾ। ਅਸੀਂ ਜਾਤੀ ਤੌਰ 'ਤੇ ਕਿਸੇ 'ਤੇ ਨਾ ਇਹੋ ਜਿਹਾ ਕਦੇ ਸੋਚਿਆ ਅਤੇ ਨਾ ਲਾਇਆ। ਦੂਜਾ ਮਜੀਠੀਆ ਸਾਹਿਬ ਨਾਲ ਵੈ ਕੀਤੀ ਹੋਣੀ ਤਾਂ ਪਤਾ ਨਹੀਂ, ਉਹ ਦੱਸ ਸਕਦੇ ਆ, ਮੈਨੂੰ ਤਾਂ ਨਹੀਂ ਇਹ। ਮੈਂ ਕਹਿੰਦਾ ਜਿਹੜਾ ਬੰਦੇ ਨੇ ਪਾਰਟੀ ਬਣਾਈ, ਪਾਰਟੀ ਲਈ ਚੱਲਿਆ, ਅਤੇ ਉਹ ਪਾਰਟੀ ਜੇ ਕਹੀਏ ਤਾਂ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਸਾਡੇ ਆਗੂ ਨੇ। ਲੋਕ ਜਿਹੜੇ ਕਿਸਾਨੀ ਕਰਦੇ ਆ ਉਹੀ ਹੈ, ਉਹੀ ਸਾਨੂੰ ਸੱਦ ਰਹੇ, ਉਹੀ ਬੁਲਾ ਰਹੇ ਆ। ਕੁਛ ਥਾਵਾਂ 'ਤੇ ਨੁਕਸਾਨ ਹੋਇਆ, ਇਸ ਗੱਲ ਨਾਲ ਮੈਂ ਕੋਈ ਮੁਨਕਰ ਨਹੀਂ, ਪਰ ਉਹਦੇ 'ਤੇ ਅਸੀਂ ਇਹ ਵੀ ਨਹੀਂ ਵੀ ਕੋਈ ਉਹਨਾਂ ਨੂੰ ਸਾਰਾ ਕੁਛ ਜਿਹੜਾ ਉਹਨਾਂ ਦਾ ਬਣਦਾ ਹੈ ਸਹਾਇਤਾ ਉਹ ਦੇਣੀ ਹੈ ਦੇਵਾਂਗੇ। ਪਰ ਜਿਵੇਂ ਇਲੈਕਸ਼ਨ ਕਮਿਸ਼ਨ ਦੇ ਅਧੀਨ ਆ ਜਾਂਦਾ ਜਦੋਂ ਇਲੈਕਸ਼ਨ ਦਾ ਸਮਾਂ ਹੁੰਦਾ, ਉਸ ਵੇਲੇ ਸਰਕਾਰ ਕੋਈ ਸਿੱਧਾ ਫੈਸਲਾ ਨਹੀਂ ਕਰ ਸਕਦੀ। ਅਸੀਂ ਲਿਖ ਕੇ ਵੀ ਦਿੱਤਾ ਸ਼ਾਇਦ ਇਲੈਕਸ਼ਨ ਕਮਿਸ਼ਨ ਉਹ ਮੁਆਵਜ਼ਾ ਦੇਣ ਲਈ ਸਹਿਮਤ ਹੋ ਜਾਏ, ਸ਼ਾਇਦ ਫਿਰ 4 ਜੂਨ ਤੋਂ ਬਾਅਦ। ਡਰੱਗਸ ਬੜਾ ਵੱਡਾ ਮੁੱਦਾ ਜੀ ਬਠਿੰਡਾ ਦਾ, ਪੋਸਟਰ ਲਾ ਦੇ ਗਏ ਚੱਟਾ ਇੱਥੇ ਮਿਲਦਾ ਜੀ। ਵੇਖੋ ਇਹ ਡਰੱਗਸ ਅੱਜ ਤਾਂ ਹੀ ਨਹੀਂ, ਅਸੀਂ ਕਿਸੇ ਨਾਲ ਨਾ ਹੀ ਇਹੋ ਜਿਹੀ ਸਹਿਮਤੀ ਪ੍ਰਗਟਾਈ ਆ। ਸਾਡਾ ਕੋਈ ਲੀਡਰ, ਸਾਡਾ ਕੋਈ ਆਗੂ, ਸਾਡਾ ਕੋਈ ਮਨਿਸਟਰ, MLA, ਕਦੇ ਕੋਈ ਦਖਲਅੰਦਾਜ਼ ਜੀ ਪੁਲਿਸ ਅਫਸਰ ਕਹਿ ਦੇ ਵੀ ਤੁਹਾਡੇ ਆ ਕੇ ਅਸੀਂ ਇਹਨਾਂ ਦੀ ਨੂੰ ਰਿਲੈਕਸ ਕੀਤਾ ਜਾਂ ਕਿਸੇ ਨੂੰ ਛੱਡਿਆ। ਸਰਕਾਰ ਵੱਲੋਂ ਸਖਤੀ ਆ, ਰੋਜ਼ ਕਿੰਨੀ ਰਿਕਵਰੀ ਕੀਤੀ ਜਾਂਦੀ ਹੈ ਪਹਿਲਾਂ, ਹਾਲਾਂਕਿ ਕਈ ਜਿਹੜੇ ਨਾਵਾਂ ਦੇ ਨਾਂ ਹੀ ਡਰੱਗ ਦੇ ਉੱਤੇ ਚੱਲਣ ਲੱਗ ਗਏ ਸੀ, ਇਸ ਗੱਲ ਨੂੰ ਤੁਸੀਂ ਸਮਝਦੇ ਹੋ। ਅਤੇ ਕਈ ਵਜ਼ੀਰਾਂ ਦੇ ਵਿੱਚ ਹਿੱਸੇ ਹੁੱਸੇ ਵੀ ਤੁਹਾਡੀ ਪ੍ਰੈਸ ਨੇ ਉਜਾਗਰ ਕੀਤੇ। ਦੇਖੋ ਜੀ, ਸਾਡੇ 2 ਸਾਲ ਦੀ ਸਾਲ ਤੋਂ ਥੋੜ੍ਹਾ ਸਮਾਂ ਲੱਗਿਆ ਸਰਕਾਰ, ਪਹਿਲਾਂ ਇੱਕ ਰਵਾਇਤੀ ਪਾਰਟੀਆਂ ਦੀ ਸਰਕਾਰ ਹੁੰਦੀ ਸੀ, ਉਹੀ ਬੰਦੇ ਜਿਹੜੇ 40-50 ਸਨ ਉਹ ਵਾਰੀ ਨਾਲ ਵਜ਼ੀਰ ਬਣੇ ਜਾਂਦੇ ਸਨ, MLA, ਪਰਿਵਾਰਾਂ ਦੇ ਪਰਿਵਾਰ ਔਰ ਉਹਨਾਂ ਦੇ ਰਿਸ਼ਤੇਦਾਰ 8-8, 10-10 ਹਮੇਸ਼ਾ ਇਸ ਅਸੈਂਬਲੀ ਵਿੱਚ ਹੋਇਆ ਕਰਦੇ ਸੀ। ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਨਵਾਂ ਫੈਸਲਾ ਕੀਤਾ ਕਿ ਜਿਹੜੇ ਆਪਣੇ ਆਪ ਨੂੰ ਰਾਜਨੀਤਿਕ ਘਰਾਣੇ ਕਹਾਉਂਦੇ ਸੀ ਉਹਨਾਂ ਨੂੰ ਪਾਸੇ ਕਰਕੇ ਆਮ ਸਧਾਰਨ ਲੋਕਾਂ ਵਿੱਚੋਂ ਆਪਣੇ ਨੁਮਾਇੰਦੇ ਚੁਣ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਭੇਜੇ ਆ। ਇਹ ਪਹਿਲੀ ਵਿਧਾਨ ਸਭਾ ਹੈ ਕਿ ਉਹਨਾਂ ਘਰਾਣਿਆਂ 'ਚ ਕੋਈ ਵੀ MLA ਨਹੀਂ। ਨੰਬਰ 2, ਇਸ ਵਿਧਾਨ ਸਭਾ ਵਿੱਚ ਰਿਸ਼ਤੇਦਾਰੀਆਂ ਨਹੀਂ। ਅਸੀਂ ਜੇ ਸਰਦਾਰ ਜਗਰੂਪ ਸਿੰਘ ਇੱਥੋਂ ਨੁਮਾਇੰਦਗੀ ਕਰਦੇ ਆ, ਮੇਰੇ ਵੱਡੇ ਨੇ, ਮੈਂ ਇਹਨਾਂ ਦਾ ਸਤਿਕਾਰ ਮਾਣ ਕਰਦਾ, ਪਰ ਸਾਡੀ ਕੋਈ ਰਿਸ਼ਤੇਦਾਰੀ ਨਹੀਂ। ਪਹਿਲਾਂ 5-5, 7-7 ਇੱਕ ਦੂਸਰੇ ਨਾਲ ਰਿਸ਼ਤੇਦਾਰ ਜੁੜੇ ਹੋ ਜਾਂਦੇ ਸੀ। ਆਖਿਰ ਵਿੱਚ ਤਾਂ ਕਮਾਲ ਹੀ ਹੋਣ ਲੱਗ ਗਈ ਕਿ ਸਾਰਾ ਟੱਬਰ ਮਿਨਿਸਟਰਾਂ ਦਾ, ਰਿਸ਼ਤੇਦਾਰਾਂ ਦਾ ਬਣ ਲੱਗ ਗਿਆ। ਉਹਨੂੰ ਪਾਸੇ ਕਰਕੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫੈਸਲਾ ਲਿਆ।
ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਨਾਂ ਨੂੰ ਵਿਲੱਖਣ ਹੈ। ਜੇ ਨੌਕਰੀਆਂ ਦੀ ਗੱਲ ਆਈ ਹੈ ਤਾਂ 42,000 ਤੋਂ ਵੱਧ ਨੌਕਰੀਆਂ ਦਾ ਅੰਕੜਾ ਟੱਪਿਆ ਅਤੇ ਕੋਈ ਵੀ ਇਸ 'ਤੇ ਕਿੰਤੂ ਪ੍ਰੰਤੂ ਨਹੀਂ ਹੋਇਆ ਭਾਓ ਵੀ ਕਿਤੇ ਕਿਸੇ ਨਾਲ ਲੈਣ ਦੇਣ ਹੋ ਗਿਆ ਹੋਵੇ ਤਾਂ ਰਿਜ਼ਲਟ ਆਇਆ 20-25, 10-10, 2-2, 4-4 ਜਿਵੇਂ ਵੀ ਚਾਹੀਦਾ ਪਿੰਡਾਂ 'ਚ ਜਿਹੜੇ ਵੀ ਨੌਕਰੀ ਲੱਗੇ ਉਹਨਾਂ ਦੇ ਪਰਿਵਾਰ ਮਿਲਦੇ ਉਹ ਕਹਿੰਦੇ ਵੀ ਸਾਨੂੰ ਪਹਿਲੀ ਵਾਰ ਇਸ ਤਰ੍ਹਾਂ ਲੱਗਿਆ ਵੀ ਸਾਡੇ ਘਰ ਚਿੱਠੀ ਆ ਗਈ ਵੀ ਤੇਰੀ ਨਿਯੁਕਤੀ ਹੋ। ਸੋ ਇਸੇ ਤਰ੍ਹਾਂ 600 ਯੂਨਿਟ ਬਿਜਲੀ ਜਿਹੜੀ ਕਿ ਪਹਿਲਾਂ ਬਿਜਲੀ ਤਾਂ ਸਾਰੇ ਲੋਕ ਵਰਤਦੇ ਸੀ, ਕੁਛ ਭਲੇ ਮਾਣਸ ਬਿੱਲ ਬੁੱਲ ਭਰੇ ਜਾਂਦੇ ਸੀ ਅਤੇ ਕੁਛ ਜਿਵੇਂ ਸਾਡੀ ਡਿਪਟੀ CM ਸਾਹਿਬ ਵੀ ਕਹਿ ਦਿੰਦੇ ਸੀ ਕੁੰਡੀਆਂ ਕਾਂਡੀਆਂ ਲਾ ਲਓ ਮਾੜੀ ਅੱਤ ਪਾਈ ਜਾਂਦੀ। ਉਹਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਸੋਚਿਆ ਕਿ ਅਸੀਂ ਕਿਉਂ ਨਾ ਕਿ ਬਿਜਲੀ ਇਹ ਜਿਹੀ ਲੋੜ ਹੈ ਇਹਨੂੰ ਲੋਕਾਂ ਲਈ ਸਹੂਲਤ ਕਰ ਲਈ ਅਤੇ ਵੱਡੇ ਲੋਕਾਂ ਨੂੰ ਚਾਹੇ ਇਹਦਾ ਬਹੁਤਾ ਫਰਕ ਨਾ ਪੈਂਦਾ ਹੋਵੇ ਪਰ ਛੋਟੇ ਅਤੇ ਦਰਮਿਆਨੇ ਪਰਿਵਾਰਾਂ ਨੂੰ ਇਹਦੇ 'ਚ ਕਾਫੀ ਆਸਰਾ ਮਿਲ ਜਾਂਦਾ। ਜਿਹੜਾ 4-5 ਹਜ਼ਾਰ ਰੁਪਈਆ ਉਹਨਾਂ ਦਾ ਬਚਦਾ ਉਹ ਘਰ ਦੀ ਕਬੀਲਦਾਰੀ ਕੋਈ ਹੋਰ ਗੱਲ ਦਾ ਸਾਰ ਦਿੰਦੇ ਆ। ਇਸੇ ਤਰ੍ਹਾਂ ਹੀ ਜੇ ਪਹਿਲਾਂ ਚੱਲਦੀ ਗੱਲ ਤੁਸੀਂ ਵੀ ਪੱਤਰਕਾਰ ਭਰਾ ਬੈਠੇ ਕਦੇ ਕਿਸੇ ਨੇ ਟੋਲ ਪਲਾਜ਼ੇ ਨਹੀਂ ਬੰਦ ਕੀਤੇ, ਉਹਨਾਂ ਨੇ ਵਿੱਚ ਹੱਥ ਧੋ ਲੈਂਦੇ ਮੇਰੇ ਅੱਗੇ ਵਗਦੀ ਗੰਗਾ ਦੇ ਵਿੱਚ ਲਾ ਦਈਏ ਟੁੱਬੀ ਹੁਣ ਕੋਈ ਗੱਲ ਨਹੀਂ ਆਪਣੇ ਘਰ ਕੁਛ ਆਉਣ ਲੱਗ ਜੂਗਾ, ਪਰ ਪਹਿਲੀ ਵਾਰ ਹੈ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਸਰਦਾਰ ਭਗਵੰਤ ਸਿੰਘ ਮਾਨ ਨੂੰ। ਉਹ ਵੀ ਜੇ ਖੇਤੀ ਨੂੰ ਬਿਜਲੀ ਵੀ ਦਿੱਤੀ ਹੈ ਚਾਹੇ ਸਾਡਾ ਵਿਰੋਧ ਸਾਡੇ ਭਰਾ ਕੁਛ ਕਰਦੇ ਹੈ ਜਾਂ ਨਾ ਕਰਦੇ ਉਹਨਾਂ ਦੀ ਮਰਜ਼ੀ ਹੈ, ਪਰ ਅਸੀਂ 15-15, 16-16 ਘੰਟੇ ਬਿਜਲੀ ਖੇਤੀ ਵਾਸਤੇ ਦਿੱਤੀ। ਤੋ ਇਹ ਗੱਲਾਂ ਜਿਹੜੀਆਂ ਲੋਕਾਂ ਵਿੱਚ ਜਾਂਦੀਆਂ, ਅਸੀਂ ਲੋਕਾਂ ਨਾਲ ਭਾਈਚਾਰਾ ਪਾਲਿਆ, ਲੋਕਾਂ ਨੂੰ ਲੜਾਇਆ ਨਹੀਂ ਕਿਸੇ 'ਤੇ, ਨਜਾਇਜ਼ ਪਰਚੇ ਦਫਾ 452, 307, 326 ਆਮ ਵੱਡੇ ਲੀਡਰਾਂ ਦੇ ਗੀਜੇ 'ਚ ਹੋਇਆ ਕਰਦੀ ਸੀ, ਜਾ ਕੇ ਥਾਣੇ ਇਹ ਦਰਜ ਕਰਵਾਉਂਦੇ ਸੀ, ਸਾਡਾ ਬੰਦਾ ਥਾਣੇ ਨਹੀਂ ਉਸ ਤਰ੍ਹਾਂ ਮੇਲਾ ਲਾ ਕੇ ਨਹੀਂ ਬੈਠਾ। ਸੋ ਭਾਈਚਾਰਾ ਲੋਕਾਂ ਵਿੱਚ ਰੱਖਿਆ, ਤੁਸੀਂ ਆਪ ਮਹਿਸੂਸ ਕਰਦੇ ਹੋਵੋਗੇ ਕਿ ਅੱਗੇ ਨਾਲੋਂ ਲੋਕ ਇਸ ਗੱਲ ਤੋਂ ਬਹੁਤ ਸੌਖੇ। ਖੁੱਡੇ ਸਾਹਿਬ, ਨੋਮੀਨੇਸ਼ਨ ਦਾ ਅੱਜ ਸਟਾਰਟ ਹੋ ਗਿਆ, ਤੁਸੀਂ ਕਦੋਂ? ਪਹਿਲਾ ਦਿਨ ਸੀ, ਥੋੜ੍ਹੇ ਮੋਟੇ ਕਾਗਜ਼ ਕੁਗਜ਼ ਤਿਆਰ 1-2 ਦਿਨਾਂ 'ਚ ਕਰਕੇ ਭਰ ਦਿੱਤੇ। ਦੇਖੋ ਜੀ, ਮੇਰਾ ਜਿਹੜਾ ਫਰਜ਼ ਹੈ ਲੋਕ ਸਭਾ ਦਾ ਮੈਂਬਰ ਆਪਣੇ ਹਲਕੇ ਤੋਂ ਇਲਾਵਾ ਇੱਕ ਦੇਸ਼ ਦੀ ਉਸ ਵੱਡੀ ਸੰਸਥਾ ਪੰਚਾਇਤ ਜਿਹੜੀ ਸਾਡੇ ਦੇਸ਼ ਨੂੰ ਚਲਾਉਂਦੀ ਹੈ ਉਹਦਾ ਮੈਂਬਰ ਹਾਂ। ਉਹਨੂੰ ਸਾਰੇ ਦੇਸ਼ ਵਾਸੀ ਦੇਸ਼ ਦੀ ਰਾਜਨੀਤੀ ਸਾਫ ਸੁਥਰੀ ਹੋਣੀ ਚਾਹੀਦੀ। ਅਸੀਂ ਪੰਜਾਬ 'ਚੋਂ 13 ਲੋਕ ਚੁਣ ਕੇ ਭੇਜਦੇ ਹਾਂ ਅਤੇ ਉਹ ਕਿਸੇ ਵੀ ਪਾਰਟੀ ਦੇ ਹੋਣ, ਪਰ ਉਹ ਪੰਜਾਬ ਵਿੱਚੋਂ ਜਾਂਦੇ ਆ, ਪੰਜਾਬ ਦਾ ਖਾਂਦੇ ਆ। ਸਾਡਾ ਫਰਜ਼ ਹੈ ਅਸੀਂ ਆਪਦੀ ਪੰਜਾਬ ਦੀ ਲੜਾਈ ਪੂਰੇ ਧੜੱਲੇ ਨਾਲ ਪੂਰਾ ਜ਼ੋਰ ਸ਼ੋਰ ਨਾਲ ਲੜੀਏ। ਸਾਨੂੰ ਤਾਂ ਇਨਸਾਫ ਮਿਲਦਾ, ਸਾਡੇ ਨਾਲ ਬਹੁਤ ਸਾਰੇ ਧੱਕੇ ਹੁੰਦੇ ਰਹਿੰਦੇ ਆ, ਵਿਤਕਰੇ ਹੁੰਦੇ ਰਹਿੰਦੇ ਆ। ਮੈਂ ਐਗਰੀਕਲਚਰ ਮਿਨਿਸਟਰ ਹਾਂ, ਮੇਰੇ ਨਾਲ ਟੈਕਨੀਕਲ ਇੰਸਟਰੂਮੈਂਟਰੀ ਦਾ ਵੀ ਮੇਰੇ ਕੋਲ ਚੱਲ ਰਿਹਾ। ਸੋ ਐਗਰੀਕਲਚਰ ਵੱਲੋਂ ਜਿਹੜਾ ਜੇ ਕਹੀਏ 5700 ਕਰੋੜ ਰੁਪਈਆ ਸਾਡਾ 3 ਸਾਲਾਂ ਦਾ ਰੋਕ ਛੱਡਿਆ ਸੀ, ਹੁਣ ਸੁਪਰੀਮ ਕੋਰਟ ਵਿੱਚ ਕੇਸ ਪਾਇਆ। ਜੇ ਪਾਰਲੀਮੈਂਟ ਦੇ ਮੈਂਬਰ ਇਸ 'ਤੇ ਰੌਲਾ ਰੱਪਾ ਪਾਉਣ, ਕਿਉਂਕਿ ਪੈਸਾ ਤਾਂ ਪੰਜਾਬ ਦਾ, ਪੰਜਾਬ ਦੀਆਂ ਸੜਕਾਂ, ਪੰਜਾਬ ਦੀਆਂ ਮੰਡੀਆਂ। ਜੇ ਕਿਸਾਨ ਦੇ ਨਾਲ ਕੋਈ ਹਾਦਸਾ, ਜੇ ਮਜ਼ਦੂਰ ਦੇ ਨਾਲ ਕੋਈ ਹਾਦਸਾ ਵਾਪਰਦਾ ਤਾਂ ਉਹਨੂੰ ਅਸੀਂ ਉਹਦਾ ਇਹ ਸਹਾਇਤਾ ਦੇਣੀ ਹੁੰਦੀ ਹੈ। ਇਸੇ ਤਰ੍ਹਾਂ ਅਸੀਂ ਜਿਹੜੇ ਪਹਿਲਾਂ ਜਿਹੜੇ ਲੋਕਾਂ ਲਈ ਬਹੁਤ ਭਗਵੰਤ ਮਾਨ ਹੋਰਾਂ ਨੇ ਇੱਕ ਜਿਹੜੇ ਆਮ ਆਦਮੀ ਕਲੀਨਿਕ ਖੋਲ੍ਹੇ ਗਏ, ਉਹਨਾਂ ਨਾਲ ਛੋਟੇ ਛੋਟੇ ਲੋਕਾਂ ਨੂੰ ਜਿਹੜਾ 3-4 ਹਜ਼ਾਰ ਦਾ
ਬਲੱਡ ਟੈਸਟ ਕਰਾਉਣਾ, ਦਵਾਈਆਂ ਲੈਣੀਆਂ ਬਹੁਤ ਔਖੀਆਂ ਹੁੰਦੀਆਂ, ਉਹਨਾਂ ਵਾਸਤੇ ਵੱਡਾ ਫਾਇਦਾ। ਪਰ ਜਦੋਂ ਤਕਰੀਬਨ 9:45 ਦੇ ਨੇੜੇ ਅਸੀਂ ਪਹੁੰਚ ਗਏ ਸਾਂ ਪਿੰਡਾਂ 'ਚ, ਔਰ ਇਹ ਤਕਰੀਬਨ ਸਾਰੇ ਪਿੰਡਾਂ ਵਿੱਚ ਜਿਹੜੀ ਸਰਕਾਰ ਦੀ ਸਕੀਮ ਆ ਇਹਨੂੰ ਲੋਕਾਂ ਵਿੱਚ ਪਹੁੰਚਾਇਆ ਜਾਵੇ। ਪਰ ਸਾਡਾ ਉਹ ਹੈਲਥ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਵੀ ਉਹਨਾਂ ਨੇ ਇੱਕ ਵਾਰੀ ਰੋਕ ਲਿਆ ਇਹਦੇ ਵਿੱਚ ਡਿੱਕਾ ਲਾਉਣ ਨੂੰ। ਇਹੋ ਜਿਹੇ ਡਿੱਕੇ ਹਮੇਸ਼ਾ ਲੱਗਦੇ। ਵੈਸੇ ਤਾਂ ਪੰਜਾਬ ਨਾਲ ਬਹੁਤ ਧੱਕਾ, ਤੁਸੀਂ ਆਪ ਜਾਣਦੇ ਹੋ, ਨਾ ਹੀ ਸਾਡੇ ਕੋਲ ਰਾਜਧਾਨੀ ਹੈ, ਨਾ ਸਾਡੇ ਕੋਲ ਹਾਈ ਕੋਰਟ ਹੈ, ਅਤੇ ਨਾ ਹੀ ਸਾਡੇ ਕੋਲ ਬੋਲੀਆਂ ਦੀ ਗੱਲ ਹੈ। ਜਿਹੜੀ ਬੋਲੀ 'ਤੇ ਅਸੀਂ ਬੈਠੇ ਹਾਂ ਉਸਦੇ ਵੀ ਲੋਕ ਸਾਡੇ ਤੋਂ ਬਾਹਰ ਕੀਤੇ ਗਏ। ਮੇਰੇ ਨਾਲ ਹੀ 15 ਕਿਲੋਮੀਟਰ 'ਤੇ ਡੱਬ ਵਾਲੀ ਮੰਡੀ ਸ਼ੁਰੂ ਹੋ ਜਾਂਦੀ ਹੈ। ਸਾਡਾ ਆਪਦਾ ਪੰਜਾਬੀਆਂ ਦਾ ਜਿਹੜਾ ਇਲਾਕਾ ਹੈ ਹਰਿਆਣੇ ਵਿੱਚ ਜਿਵੇਂ ਸ਼ਾਮਿਲ ਕੀਤਾ ਗਿਆ, ਉੱਥੇ ਬੋਲਦੇ ਬੋਲੀ ਹੋਰ ਤਰ੍ਹਾਂ, ਲਿਖਣੀ ਪੜ੍ਹਨੀ ਕੰਮ ਹੋਰ ਤਰ੍ਹਾਂ ਪੈ ਜਾਂਦੀ ਹੈ, ਸਾਰਾ ਕਈ ਵਾਰੀ ਦਿੱਕਤਾਂ ਆਉਣ ਲੱਗ ਜਾਂਦੀਆਂ। ਇਸ ਵਾਸਤੇ ਸਾਡੇ ਪਾਰਲੀਮੈਂਟ ਮੈਂਬਰਾਂ ਦਾ ਫਰਜ਼ ਹੈ ਅਸੀਂ ਲੜਾਈ ਲੜੀਏ ਦੂਸਰੀ ਆਪਣੇ ਇਲਾਕੇ ਵਾਸਤੇ, ਜਿਵੇਂ ਜਿਵੇਂ ਜਿਹੜੀਆਂ ਜਿਹੜੀਆਂ ਲੋੜਾਂ ਲੋਕ ਦੱਸਦੇ ਪੁੱਛਦੇ ਰਹਿਣ, ਉਹਦੇ ਵਿੱਚ ਹਿੱਸਾ ਪਾਉਣਾ ਸਾਡਾ ਫਰਜ਼ ਬਣਦਾ ਹੈ। ਜੀ ਪੀ ਹਰਸਿਮਰਤ 15 ਸਾਲ ਰਹਿ ਕੇ ਆਏ ਹੈ, 6-7 ਸਾਲ ਮਨਿਸਟਰ ਵੀ ਰਹੇ, ਮਨਿਸਟਰ ਇੱਕ ਵਧੀਆ ਮਹਿਕਮੇ ਦੇ ਸੀ, ਮੇਰੇ 'ਤੇ ਸਵਾਲ ਕਰਦੇ ਰਹਿੰਦੇ ਆ, ਪਰ ਉਹ ਫੂਡ ਪ੍ਰੋਸੈਸਿੰਗ ਦੇ ਮੰਤਰੀ ਸੀ ਸਾਡੇ 'ਚ। ਇਹੀ ਅਸੀਂ ਪੰਜਾਬ ਵਿੱਚ ਤਾਂ ਹੈ ਹੀ ਫੂਡ ਦਾ ਕਾਰੋਬਾਰ, ਹੋਰ ਤਾਂ ਹੈ ਹੀ ਨਹੀਂ। ਇਹਦੇ ਪ੍ਰੋਸੈਸਿੰਗ ਪਲਾਂਟ ਬਣਾਉਂਦੇ, ਕੋਈ ਜਾਂ ਫੂਡ ਪਾਰਕ ਬਣਾਉਂਦੇ, ਇਹਦੇ ਨਾਲ ਸਾਡੇ ਪੰਜਾਬ ਦੇ ਲੋਕਾਂ ਨੂੰ, ਚਾਹੇ ਵਪਾਰੀ ਸੀ, ਕਿਸਾਨ ਸੀ, ਮਜ਼ਦੂਰ ਸੀ, ਸਾਰਿਆਂ ਨੂੰ ਰਲ ਮਿਲ ਕੇ ਬਹੁਤ ਵੱਡਾ ਫਾਇਦਾ ਹੋਣਾ ਸੀ। ਇਹ 3-4 ਥਾਵਾਂ 'ਤੇ ਇਹਨਾਂ ਲੋਕਾਂ ਨੂੰ ਖੇਚਰਦਾਰੀ ਕਰਨੀ ਚਾਹੀਦੀ ਸੀ। ਸਗੋਂ ਜੋ ਸੀ ਪਹਿਲਾਂ ਮਾੜੀਆਂ ਮੋਟੀਆਂ, ਜਿਹੜੀ ਆਪਾਂ ਬਠਿੰਡੇ ਵਿੱਚ ਬੈਠੇ ਹਾਂ, ਜਿੱਥੋਂ ਦਾ ਥਰਮਲ ਪਲਾਂਟ ਸੀ, ਇਹ ਬੰਦ ਕਰਨ ਵਾਲੇ ਕੌਣ ਲੋਕ ਆ ਜਿਹੜੇ ਤਰੱਕੀ ਦੀਆਂ ਗੱਲਾਂ ਕਰਦੇ? ਸੋ ਅਸੀਂ ਤਾਂ ਜੇ ਸਾਡੀ ਪਰਮਾਤਮਾ ਦੀ ਗਵਾਹੀ, ਸਰਕਾਰ ਨੇ ਇੱਕ ਪ੍ਰਾਈਵੇਟ ਕੰਪਨੀ ਕੋਲੋਂ ਕੋਈ 1,080 ਕਰੋੜ ਦਾ ਥਰਮਲ ਪਲਾਂਟ ਖਰੀਦ ਕੇ ਗੁਰੂ ਅਮਰਦਾਸ ਜੀ ਦੇ ਨਾਂ 'ਤੇ ਉਹਨੂੰ ਨਵੇਂ ਤੌਰ 'ਤੇ ਚਲਾਉਣ ਦੀ ਜਿਹੜੀ ਸਾਡੀ ਆਪਣੀ ਚੰਗੀ ਮਨਸ਼ਾ।